डॉक्टर जी 10 लाख रहे, दवाई दे दो। अच्छा, क्या काम करे अगर भाई? मंदिर में शंख बजा करूं जी। अच्छा, ये ले दवाई ले लिए। हाँ डॉक्टर जी को परहेज परहेज भी है। नुकरी है भाई, शंख थोड़ा सोच समझ के बजा, ये तकड़े के तड़का उलाना देवा है। सुनता है हाँ मम्मी, ले बेटा 10 का और 2 रील लिएगी। ना मम्मी मैं बोल रही हूं, बाकी की चीज खाए ये बच जाएगी। अच्छा हाँ ठीक है ताई। हाँ 2 रील दिए। ले बेटा कितने की हुई ताई? 10 रुपया की। ਪੁਆ ਅਸੀਂ ਤੁਹਾਡੇ ਕੋਲੇ ਆਏ ਆ, ਰੋਟੀ ਬਾਰੇ ਤਾਂ ਪੁੱਛਿਆ ਹੀ ਨਹੀਂ। ਹਾਂ ਸੱਚ ਬੇਟਾ, ਮੈਂ ਪੁੱਛਣਾ ਭੁੱਲ ਗਈ ਸੀ, ਰੋਟੀ ਖਾ ਕੇ ਆਏ ਹੋ ਜਾਂ ਘਰੇ ਜਾ ਕੇ ਖਾਓਗੇ? ਪੁਆ ਜਿੰਨਾ ਮਰਜ਼ੀ ਭੁੱਲੀ ਜਾ, ਚੁੱਪ ਕਰਕੇ ਪਨੀਰ ਮੰਗਾ ਲੈ, ਰੋਟੀ ਤਾਂ ਅਸੀਂ ਇੱਥੋਂ ਹੀ ਖਾ ਕੇ ਜਾਵਾਂਗੇ। ਮੈਂ ਬੜੀ ਵਾਰੀ ਵੇਖਿਆ ਸ਼ਿੰਦੋ, ਤੂੰ ਆਪਣੇ ਘਰ ਵਾਲੇ ਦੀ ਫੋਟੋ ਕੱਢ ਕੇ ਵਹਿੰਦੀ ਰਹਿੰਦੀ, ਲੱਗਦਾ ਬੜਾ ਹੀ ਪਿਆਰ ਕਰਦੀ ਇਹਨੂੰ। ਬਹੁਤ ਪਿਆਰ ਕਰਦੀ ਆ, ਤੈਨੂੰ ਪਤਾ ਮੈਨੂੰ ਆਪਣੇ ਘਰ ਵਾਲੇ ਦੀ ਫੋਟੋ ਵੇਖ ਕੇ ਇਨਸਪੀਰੇਸ਼ਨ ਮਿਲਦੀ ਆ, ਮੇਰਾ ਸਾਰਾ ਸਟ੍ਰੈਸ ਦੂਰ ਹੋ ਜਾਂਦਾ ਆ, ਮੈਨੂੰ ਹਿੰਮਤ ਮਿਲਦੀ ਆ, ਮੈਨੂੰ ਤਾਕਤ ਮਿਲਦੀ ਆ। ਉਹ ਕਿਵੇਂ? ਉਹ ਇਵੇਂ ਕਿ ਮੈਂ ਸੋਚਦੀ ਆ ਕਿ ਛਿੰਦੋ, ਜੇ ਤੂੰ ਐਡੀ ਵੱਡੀ ਮੁਸੀਬਤ ਨਾਲ ਲੜ ਸਕਦੀ ਆ ਤਾਂ ਦੁਨੀਆ ਦੀ ਕੋਈ ਮੁਸੀਬਤ ਤੇਰੇ ਅੱਗੇ ਵੱਡੀ ਨਹੀਂ। ਇਹ ਤੋਂ ਵੱਡੀ ਤਾਂ ਕੋਈ ਮੁਸੀਬਤ ਨਹੀਂ ਨਾ, ਬਸ ਫਿਰ ਮੈਂ ਇਨਸਪੀਰੇਸ਼ਨ ਲਈ ਰੱਖੀ ਹੋਈ ਆ ਫੋਟੋ। ਜੇ ਤੇਰਾ ਸਿਰ ਠੀਕ ਨਹੀਂ ਹੁੰਦਾ ਤਾਂ ਚੱਲ ਫਿਰ ਇਹਦੀ MRI ਕਰਾਉਨੇ ਆ। ਚੱਲ ਕਿੰਨੇ ਕ ਲੱਗਣਗੇ MRI ਤੇ? 8,000। ਫਿਰ ਕਿਉਂ ਗਾਲਦਾ 8,000? ਮੇਰੀ ਗੱਲ ਸੁਣ, ਕੱਲ ਮੈਂ ਬਾਜ਼ਾਰ ਗਈ ਸੀ, ਉੱਥੇ ਇੰਨਾ ਮਸਤ ਸੂਟ ਦੇਖਿਆ, ਪਰ ਉਹ 8,000 ਰੁਪਿਆ ਮੰਗਦਾ, ਮੈਨੂੰ ਉਹੀ ਸੂਟ ਦਵਾ ਦੇ ਨਾ। ਤੇ ਸਿਰ? ਉਸੇ ਸੂਟ ਕਰਕੇ ਤਾਂ ਸਿਰ ਦੁਖਦਾ।